ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ 25 ਮਈ ਦੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰਾਂ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਹਲਚਲ ਹੈ ਸੋ ਜਿਵੇਂ ਹਣੋ ਕੱਲ ਰਾਤ ਦਿੱਤੀ ਜਾਣਕਾਰੀ ਮੁਤਾਬਕ ਦੇਖਿਆ ਕਿ ਪੰਜਾਬ ਦਾ ਮੌਸਮ ਲਗਭਗ ਅੱਧੀ ਰਾਤ ਦੇ ਆਸ-ਪਾਸ ਤੋਂ ਫਿਰ ਬਦਲਿਆ ਹਨੇਰੀ ਕਈ ਇਲਾਕਿਆਂ ਵਿੱਚ ਤੇ ਕੁਝ ਕੁ ਕੁਝ ਭਾਗਾਂ ਵਿੱਚ ਥੋੜੀਆਂ ਤੂਫਾਨੀ ਹਵਾਵਾਂ ਵੀ ਚੱਲਣ ਨੂੰ ਦੇਖ ਮਿਲਿਆ ਨੇ ਤੇ ਨਾਲ ਗਰਦ ਚਮਕ ਭਾਰੀ ਰੂਪੇ ਵਿੱਚ ਦੇਖਣ ਨੂੰ ਮਿਲਿਆ ਮੀਂਹ ਹਲਕੇ ਤੋਂ ਲੈ ਕੇ ਭਾਰੀ ਪੱਧਰ ਦਾ ਵੱਖ-ਵੱਖ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲਿਆ ਕੁਝ ਖਾਸ ਇੱਕ ਦੋ ਕੁ ਛੋਟੇ ਮੋਟੇ ਇਲਾਕੇ ਨੇ ਜਿੰਨਾ ਵਿੱਚ ਮੀਂਹ ਨਹੀਂ ਪਿਆ ਬਾਕੀ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਜਿਹੜੀਆਂ ਬਰਸਾਤੀ ਕਰਵਾਈਆਂ ਨੇ ਉਹ ਦੇਖਣ ਨੂੰ ਮਿਲੀਆਂ ਨੇ ਤੇ ਹੁਣ ਗੱਲ ਕਰੀਏ ਅੱਜ ਸਵੇਰ ਦੀ ਅਪਡੇਟ ਦੀ ਤਾਂ ਪਹਿਲਾ ਤਾਜ਼ਾ ਸੈਟੇਲਰ ਤਸਵੀਰ ਦੇਖ ਰਹੇ ਹਾਂ ਸਵੇਰ ਦੇ 6 ਵਜੇ ਦੇ ਆਸ-ਪਾਸ ਬੱਦਲਬਾਈ ਰਹਿਤ ਪੰਜਾਬ ਦਾ ਮੌਸਮ ਬਣਿਆ ਹੋਇਆ ਪਰ ਟੁੱਟਮੀ ਬੱਦਲਬਾਈ ਜਿਹੜੀ ਕੁਝ ਪੰਜਾਬ ਦੇ ਦੱਖਣੀ ਹਿੱਸਿਆਂ ਵਿੱਚ ਥੋੜੀ-ਬਹੁਤ ਉੱਤਰ ਪੂਰਬੀ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਸੋ ਇਹਨਾਂ ਦੇ ਚੱਲਦੇ ਕੁਝ ਥੋੜੀ-ਬਹੁਤ ਹਲਕੀਆਂ-ਫੁਲਕੀਆਂ ਕਾਰਵਾਈਆਂ ਕੁਝ ਖਾਸ ਜਿਹੜਾ ਪੰਜਾਬ ਦਾ ਦੱਖਣੀ ਹਿੱਸਾ ਹਰਿਆਣਾ ਰਾਜਸਥਾਨ ਦੇ ਨੇੜੇ ਦੇ ਇਲਾਕੇ ਉਹਨਾਂ ਵੀ ਥੋੜੀ-ਬਹੁਤ ਕਿਣਮਣ ਹੋ ਸਕਦੀਆਂ ਜਾਂ ਹਲਕੇ-ਫੁਲਕੇ ਮੀਂਹ ਦੇ ਸ਼ਰਾਟੇ ਆ ਸਕਦੇ ਨੇ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਤੇ ਉੱਥੇ ਹੀ ਆਉਂਦੇ ਘੰਟਿਆਂ ਦੇ ਵਿੱਚ ਆਪਾਂ ਨੂੰ ਪੰਜਾਬ ਦਾ ਜਿਹੜਾ ਉੱਤਰ-ਪੱਛਮੀ ਹਿੱਸਾ ਹੈ ਜਿਹਦੇ ਵਿੱਚ ਪਠਾਨਕੋ ਤੇ ਇਹਨਾਂ ਭਾਗਾਂ ਦੇ ਵਿੱਚ ਆਉਂਦੇ 2-4 ਘੰਟਿਆਂ ਦੇ ਵਿੱਚ ਮੌਸਮੀ ਹਲਚਲ ਦੁਪਹਿਰ ਦੇ ਆਸ-ਪਾਸ ਦੇਖਣ ਨੂੰ ਮਿਲ ਸਕਦੀ ਹੈ ਤੇ ਬਾਕੀ ਭਾਗਾਂ ਦੇ ਵਿੱਚ ਜਿਹੜਾ ਮੌਸਮ ਹੈ ਦੁਪਹਿਰ ਤੱਕ ਠੀਕ-ਠਾਕ ਬਣਿਆ ਰਹੂਗਾ ਉਹਨਾਂ ਇਲਾਕਿਆਂ ਦੇ ਵਿੱਚ ਕੋਈ ਜ਼ਿਆਦਾ ਹਲਚਲ ਨਹੀਂ ਹੋਵੇਗੀ ਬਾਕੀ ਦੁਪਹਿਰ ਦੇ ਆਸ-ਪਾਸ ਤੱਕ ਹੁਣ ਧੁੱਪ ਲੱਗਣ ਕਰਕੇ ਜਦੋਂ ਟੈਂਪਰੇਚਰ ਥੋੜਾ ਜਿਆਦਾ ਵਧੇਗਾ ਤਾਂ ਦੁਪਹਿਰ ਤੋਂ ਬਾਅਦ ਫਿਰ ਬੱਦਲ ਉੱਠਣਗੇ ਜਿਨ੍ਹਾਂ ਦੇ ਚੱਲਦੇ ਇੱਕ ਵਾਰ ਫਿਰ ਆਪਾਂ ਨੂੰ ਸ਼ਾਮ ਦੇ ਆਸ-ਪਾਸ ਜਾਂ ਫਿਰ ਰਾਤ ਦੇ ਪਹਿਲੇ ਘੰਟਿਆਂ ਦੇ ਵਿੱਚ ਫਿਰ ਇੱਕ ਵਾਰ ਮੌਸਮੀ ਹਲਚਲ ਅੱਜ ਦੇਖਣ ਨੂੰ ਮਿਲੇਗੀ ਹਾਲਕਿ ਇਹ ਮੌਸਮੀ ਗਤੀਵਿਧੀ ਜਿਹੜੀ ਅੱਜ ਆ ਉਹ ਥੋੜੀ ਜਹੀ ਆ ਕੱਲ ਰਾਤ ਦੇ ਮੁਕਾਬਲੇ ਹਲਕੀ ਜਹੀ ਘੱਟ ਰਹੇਗੀ ਪਰ ਫਿਰ ਵੀ ਕਈ ਇਲਾਕਿਆਂ ਦੇ ਵਿੱਚ ਆਪਾਂ ਨੂੰ ਬੱਦਲ ਹੀ ਹਨੇਰੀ ਨਾਲ ਮਿਸ਼ਰਟੇ ਦਾ ਰਮੀਂ ਗਰਜ ਚਮਕ ਦਾ ਮਾਹੌਲ ਆ ਜਿਹੜਾ ਅੱਜ ਵੀ ਟੁੱਟਵੇਂ ਰੂਪ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਦੁਪਹਿਰ ਬਾਅਦ ਸ਼ਾਮ ਰਾਤ ਦੇ ਆਸ-ਪਾਸ ਦੇਖਣ ਨੂੰ ਮਿਲੇਗਾ ਬਾਕੀ ਦਿਨ ਦੇ ਸਮੇਂ ਜਿਹੜਾ ਮੌਸਮ ਉਹ ਜ਼ਿਆਦਾ ਠੀਕ-ਠਾਕ ਲੱਗਣ ਦੇ ਹੀ आसार ਨੇ ਬਾਕੀ ਹਲਕੀਆਂ-ਫੁਲਕੀਆਂ ਕਾਰਵਾਈਆਂ ਦਿਨ ਦੇ ਸਮੇਂ ਦੇਖਣ ਨੂੰ ਮਿਲ ਸਕਦੀਆਂ ਨੇ ਛੋਟੇ-ਮੋਟੇ ਬੱਦਲ ਪੈਚੀ ਰੂਪ ਵਿੱਚ ਕੁਝ 2-4 ਜ਼ਿਲ੍ਹਿਆਂ ਦੇ ਹਲਕੇ ਫੁੱਲ ਕਿਹੜੇ ਮੀਂਹ ਦੇ ਛਰਾਟੇ ਨੇ ਉਹ ਦੇਖਣ ਨੂੰ ਮਿਲ ਸਕਦ ਹਨ ਜਾਂ ਥੋੜਾ ਬਹੁਤ ਤੇਜ਼ ਹਵਾਵਾਂ ਦੇ ਹਨੇਰੀ ਵਰਗੇ ਬੁੱਲੇ ਨੇ ਉਹ ਵੀ ਛੋਟੇ ਪੱਧਰ ਦੇ ਕੁਝ ਖੇਤਰਾਂ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਦਿਨ ਦੇ ਸਮੇਂ ਕੋਈ ਜ਼ਿਆਦਾ ਵੱਡੀ ਤਕੜੀ ਕਾਰਵਾਈ ਹੋਣ ਦੇ ਆਸਾਰ ਨਹੀਂ ਹਨ ਕਿ ਪੰਜਾਬ ਦੇ ਜਿਹਦੇ ਵਿੱਚ ਦੇਖਣ ਨੂੰ ਮਿਲ ਲ ਕਿ ਜ਼ਿਆਦਾਤਰ ਜਾਂ ਸਾਰੇ ਪੰਜਾਬ ਵਿੱਚ ਬਹੁਤ ਜ਼ਿਆਦਾ ਭਾਰੀ ਮੀਂਹ ਨਹੀਂ ਆ ਗਿਆ ਸੋ ਜਿਹੀ ਹਲਚਲ ਨਹੀਂ ਹੋਵੇਗੀ ਟੁੱਟ ਮਰੂ ਵਿੱਚ ਛੋਟੇ ਮੋਟੇ ਗਤੀਵਿਧੀਆਂ ਜਿਹੜੀਆਂ ਉਹ ਕੁਝ ਹਸਥਾਨਾਂ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਦੁਪਹਿਰ ਦੇ ਆਸ-ਪਾਸ ਜਿਵੇਂ ਵੀ ਅਗਲੀ ਅਪਡੇਟ ਮਿਲਦੀ ਆ ਉਹ ਤੁਹਾਡੇ ਦੀ ਸਾਂਝੀ ਕਰਨ ਲਈ ਫਿਰ ਹਾਜ਼ਰ ਹੋ ਜਾਵਾਂਗੇ ਦਿਨ ਦਾ ਟੈਂਪਰੇਚਰ ਹੈ ਜਿਹੜਾ ਲਗਭਗ ਆਪਾਂ ਨੂੰ 32 ਤੇ 33 ਡਿਗਰੀ ਦੇ ਆਸ-ਪਾਸ ਹੀ ਦੇਖਣ ਨੂੰ ਮਿਲੂਗਾ ਜਿਹੜਾ ਕਿ ਪਿਛਲੇ ਦਿਨਾਂ ਦੇ ਮੁਕਾਬਲੇ ਲਗਭਗ 8 ਤੋਂ 10 ਡਿਗਰੀ ਘੱਟ ਹੈ ਜਿਸ ਕਰਕੇ ਦਿਨ ਵੇਲੇ ਥੋੜੀ ਜਿਹੀ ਗਰਮੀ ਘੱਟ ਰਹੇਗੀ ਹਵਾਵਾਂ ਨੋਰਮਲ ਹੋਣੀਆਂ ਜਿਹੜੀਆਂ ਉਹ ਲਗਭਗ ਦੱਖਣ ਪੂਰਬ ਦਿਸ਼ਾ ਤੋਂ ਵਗਣਗੀਆਂ